ਹੁਣ ਪ੍ਰੋਫੈਸਰ ਦਵਿੰਦਰ ਸਿੰਘ ਜੀ ਮੋਹਾਲੀ ਵਾਲੇ ਬਹੁਤ ਹੀ ਸੰਖੇਪ ਰੂਪ ਦੇ ਵਿੱਚ ਤੁਹਾਡੇ ਨਾਲ ਜੋ ਉਹਨਾਂ ਦਾ ਵਿਸ਼ਾ ਸੀਗਾ ਉਹਦੇ ਸੰਬੰਧ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ। ਦਸਮ ਬਾਣੀ ਜੀ ਦਾ ਇਤਿਹਾਸਕ ਜੋ ਉਹਨਾਂ ਨੇ ਦਸਮ ਗ੍ਰੰਥ ਦੀ ਬਾਣੀ ਵੱਲੋਂ ਇਤਿਹਾਸਕ ਤੌਰ 'ਤੇ ਸਿੱਖਾਂ ਦਾ ਮਾਰਗ ਦਰਸ਼ਨ ਕੀਤਾ ਗਿਆ ਉਹਦੇ ਸੰਦਰਭ 'ਤੇ ਉਹਨਾਂ ਨੇ ਵਿਚਾਰ ਸਾਂਝੇ ਕਰਨੇ ਨੇ। ਧੰਨ ਸਤਿਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ 10 ਰੂਪਾਂ ਦੇ ਵਿੱਚੋਂ ਪ੍ਰਗਟ ਹੋਏ ਬਹੁਤ ਬਹੁਤ ਸਾਗਰ ਬੁੰਦੇਰੋ ਖਾਲਸਾ ਮੇਰਾ ਸਤਿਗੁਰ ਪੂਰਾ ਖਾਲਸਾ ਜੀ ਆਪਦੇ ਸ਼ੁੱਧ ਸਰੂਪ ਨੂੰ ਮੁਖਾਤਬ ਹੁੰਦਾ। ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਸੇ ਦੀ ਈਨ ਨਹੀਂ ਮੰਨ ਰਿਹਾ, ਸਿੱਧਾ ਆਪਦੇ ਸ਼ੁੱਧ ਸਰੂਪ ਨੂੰ ਮੁਖਾਤਬ ਹਾਂ। ਅਗਰ ਦੁਨੀਆ ਦੇ ਨਾਲ ਸੰਬੰਧਿਤ ਗੱਲਾਂ ਵਿੱਚ ਫਸ ਕੇ ਆਪਾਂ ਗੱਲ ਕੀਤੀ ਤਾਂ ਦਸਮ ਬਾਣੀ ਦੇ ਸਰੂਪ ਤੱਕ ਨਹੀਂ ਪਹੁੰਚ ਸਕਦੇ। ਇਸ ਕਰਕੇ ਧਾਂਤ ਦੀ ਬਹੁ ਰੂਪਤਾ ਦੇ ਵਿੱਚ ਨਾ ਫਸ ਕੇ ਇੱਕ ਲਿਵ ਦੇ ਪਿੱਛੇ ਲੱਗ ਕੇ ਆਪ ਜੀ ਨਾਲ ਮੁਖਾਤਬ ਹੁੰਦਾ। ਅਤੇ ਨਾਲ ਹੀ ਮੈਂ ਬੇਨਤੀ ਕਰਦਾ ਪ੍ਰਬੰਧਕ ਸੱਜਣ ਸਾਡੇ ਬਾਬਿਆਂ ਨੂੰ ਤੰਗ ਨਾ ਕਰਨ, ਜਰਾ ਅਸੀਂ ਆਪਸ 'ਚ ਗੱਲਬਾਤ ਕਰ ਰਹੇ ਹਾਂ। ਹਾਂਜੀ, ਜਦੋਂ ਮੈਂ ਛੋਟੀ ਉਮਰ ਦਾ ਸੀ ਪੜ੍ਹਦਾ ਪਿਆ ਸੀ ਉਸ ਵੇਲੇ ਗਿਆਨੀ ਭਾਗ ਸਿੰਘ ਅੰਬਾਲੇ ਵਾਲਿਆਂ ਦੀ ਕਿਤਾਬ ਮੇਰੇ ਹੱਥ ਲੱਗੀ। ਮੈਨੂੰ ਬਚਪਨ ਤੋਂ ਇੱਧਰ ਉੱਧਰ ਕਿਤਾਬਾਂ ਨੂੰ ਮੂੰਹ ਮਾਰਨ ਦੀ ਬੜੀ ਆਦਤ ਸੀਗੀ, ਤਾਂ ਪੜ੍ਹ ਕੇ ਮੈਨੂੰ ਬੜਾ ਲੱਗਿਆ ਕਿ ਕੋਈ ਇੰਨੀ ਸ਼ਰਮਨਾਕ ਗੱਲ ਵੀ ਹੈ। ਲੇਕਿਨ ਜਿਉਂ ਜਿਉਂ ਮੇਰੀ ਉਮਰ ਵੱਡੀ ਹੋਈ, ਮੈਨੂੰ ਆਪਣੇ ਤਜਰਬੇ ਹੋਏ, ਤਾਂ ਮੈਂ ਕੀ ਪਾਇਆ, ਧਿਆਨ ਕਰੋ, ਪੂਰਾ ਧਿਆਨ ਦਿਓ ਮੇਰੇ ਵੱਲ, ਇਹ ਮੈਂ ਆਪਣੀ ਕਥਾ ਨਹੀਂ ਕਹਿ ਰਿਹਾ, ਤੁਹਾਡੀ ਕਥਾ ਵੀ ਕਹਿ ਰਿਹਾ। ਕੀ ਹੈ ਕਿ ਸਕਿਆਂ ਦੇ ਵਿੱਚੋਂ, ਮਾਂ ਬਾਪ ਦੇ ਵਿੱਚੋਂ, ਵੱਡਿਆਂ ਵਿੱਚੋਂ, ਬਜ਼ੁਰਗਾਂ ਵਿੱਚੋਂ, ਹਰ ਇੱਕ ਦੇ ਵਿੱਚ ਮੈਨੂੰ ਉਹ ਚੀਜ਼ਾਂ ਲੱਭੀਆਂ ਜਿਹੜੀਆਂ ਪਾਖਿਆਨ ਚਰਿੱਤਰ ਵਿੱਚ ਨੇ। ਕੋਈ ਕੋਈ ਇਨਕਾਰ ਕਰੇਗਾ, ਖੜ੍ਹੇ ਹੋ ਕੇ ਇਨਕਾਰ ਕਰੋ, ਜੇ ਇਨਕਾਰ ਕਰੋਗੇ ਗਲਤ ਕਹੋਗੇ, ਉਹੀ ਮੇਰੇ ਵਿੱਚ ਵੀ ਹੈ। ਕਿੱਥੋਂ ਭੁੱਲੇ ਫਿਰਦੇ ਹਾਂ ਅਸੀਂ, ਜਿਹੜੀ ਚੀਜ਼ ਸਾਡੇ ਆਪਣੇ ਚਰਿੱਤਰ ਵਿੱਚ ਹੈ ਉਸ ਤੋਂ ਕੌਣ ਇਨਕਾਰ ਕਰ ਸਕਦਾ। ਪਹਿਲੀ ਤਾਂ ਗੱਲ ਇਹੀ ਹੈ। ਅਗਰ ਰਹਿਤਨਾਮਿਆਂ ਵਿੱਚ ਇਹ ਗੱਲ ਆ ਗਈ ਕਿ ਆਗਿਆ ਗ੍ਰੰਥ ਕੀ, ਸੇਵਾ ਪੰਥ ਕੀ, ਟਹਿਲ ਮਾਤਾ ਪਿਤਾ ਕੀ, ਤਾਂ ਇਸ ਦੇ ਵਿੱਚ ਕੋਈ ਬਹੁਤ ਡੂੰਘੀ ਰਮਜ਼ ਹੈ, ਕਿਉਂਕਿ ਇੱਥੇ ਆਗਿਆ ਮਾਤਾ ਪਿਤਾ ਕੀ ਨਹੀਂ ਲਿਖਿਆ ਹੋਇਆ। ਇਹਦਾ ਕੋਈ ਮਤਲਬ ਹੈ, ਮਾਤਾ ਪਿਤਾ ਕੀ ਨੇ? ਮਾਤਾ ਪਿਤਾ ਸਭਿਅਤਾ ਦੇ, ਸਿਵਿਲਾਈਜੇਸ਼ਨ ਦੇ ਸ਼ਿਕਾਰ ਨੇ। ਅਗਰ ਉਹ ਸ਼ਿਕਾਰ ਨਾ ਹੋਣ, ਉਹ ਤੁਹਾਨੂੰ ਸਾਨੂੰ ਸੁੱਖ ਸਹੂਲਤਾਂ ਦੇ ਕੇ ਪਾਲ ਨਹੀਂ ਸਕਦੇ। ਸਭਿਅਤਾ ਵਿੱਚ ਹੈ ਕਬਜ਼ਾ, ਆਕੀਪਣਾ, ਇੱਕ ਚੀਜ਼ 'ਤੇ ਕਬਜ਼ਾ ਕਰਕੇ ਆਕੀ ਹੋ ਬੈਠਣਾ। ਪ੍ਰਸਾਦ ਤਾਂ ਵਾਹਿਗੁਰੂ ਦਾ ਹੈ, ਲੇਕਿਨ ਉਸ ਪ੍ਰਸਾਦ 'ਤੇ ਕਬਜ਼ਾ ਕਰ ਲੈਣਾ, ਉਸ 'ਤੇ ਕਬਜ਼ਾ ਕਰਕੇ ਸਿਕੰਦਰ ਮਹਾਨ ਬਣਿਆ, ਉਸ 'ਤੇ ਕਬਜ਼ਾ ਕਰਕੇ ਔਰੰਗਜ਼ੇਬ ਬਣਿਆ। ਇਹ ਜਿਹੜਾ ਪ੍ਰਸਾਦ ਹੈ, ਦੇਗ ਜਿਹੜੀ ਇੱਥੇ ਬ੍ਰਹਮਦੇਵ ਜੀ ਸਵਾਮੀ ਕਹਿ ਕੇ ਗਏ ਨੇ, ਇਹ ਜਿਹੜਾ ਪ੍ਰਸਾਦ ਹੈ, ਇਸ 'ਤੇ ਕਬਜ਼ਾ ਕਰਕੇ ਹੀ ਸਾਮਰਾਜ 'ਤੇ ਬਾਦਸ਼ਾਹ ਪੈਦਾ ਹੁੰਦੇ ਨੇ। ਆਪਣੇ ਮਨ ਦੇ ਚੌਕਟੇ ਨੂੰ ਵੱਡਾ ਕਰੀਏ, ਇਸ ਨੂੰ ਛੋਟਾ ਨਾ ਕਰੀਏ, ਵੱਡਾ ਕਰੀਏ, ਸਾਰੇ ਸੰਸਾਰ 'ਤੇ ਫੈਲਾ ਦਿਓ। ਇਸ ਚੌਕਟੇ ਵਿੱਚ ਸਾਰੇ ਸੰਸਾਰ ਦੀ ਸਭਿਅਤਾ ਆ ਜਾਣੀ ਚਾਹੀਦੀ, ਇੱਕਦਮ ਅੱਖ ਦੇ ਫੋਰ 'ਚ। ਇਸ ਪ੍ਰਸਾਦ 'ਤੇ ਕਬਜ਼ਾ ਕਰਨ ਤੋਂ ਬਿਨਾਂ ਸਾਡੇ ਮਾਂ ਬਾਪ ਸਾਡੀ ਪਾਲਣਾ ਨਹੀਂ ਕਰ ਸਕਦੇ, ਤਾਂ ਉਹ ਕੈਸਾ ਪ੍ਰਬੰਧ ਹੋਵੇ, ਕੈਸੀ ਵਿਵਸਥਾ ਹੋਵੇ ਕਿ ਇਸ ਪ੍ਰਸਾਦ ਉੱਤੇ ਕਬਜ਼ਾ ਕਰਨ ਤੋਂ ਬਿਨਾਂ ਅਸੀਂ ਅਤੇ ਸਾਡੀਆਂ ਪੀੜ੍ਹੀਆਂ ਪਲਣ। ਕੁਦਰਤ ਦਿੰਦੀ ਆ, ਕੁਦਰਤ ਦਿੰਦੀ ਨਹੀਂ ਥੱਕਦੀ। ਅਸੀਂ ਖਾਂਦੇ ਥੱਕ ਜਾਂਦੇ ਹਾਂ, ਕਬਜ਼ਾ ਕਰਦੇ ਥੱਕ ਜਾਂਦੇ ਹਾਂ, ਅਤੇ ਅੰਤ ਨੂੰ ਭੋਗ ਭੋਗ ਕੇ ਆਪ ਖਤਮ ਹੋ ਜਾਂਦੇ ਹਾਂ। ਇਸਦਾ ਮਤਲਬ ਹੈ ਅਸੀਂ ਪਾਗਲ ਹਾਂ, ਅਸੀਂ ਪੁੱਠੇ ਰਸਤੇ ਪਏ ਹੋਏ ਹਾਂ। ਹੁਣ ਭਾਵੇਂ ਮੈਂ ਜਨੇਊ ਧਾਰਨ ਕਰ ਲਵਾਂ, ਭਾਵੇਂ ਮੈਂ ਆਪਣਾ ਖਤਨਾ ਕਰਾ ਲਵਾਂ, ਭਾਵੇਂ ਮੈਂ ਆਪਣਾ ਪੰਜ ਕਕਾਰ ਰੱਖ ਲਵਾਂ, ਭਾਵੇਂ ਮੈਂ ਕੁਝ ਕਰ ਲਵਾਂ, ਪਰ ਲੇਕਿਨ ਮੈਂ ਉਹ ਬੁਨਿਆਦੀ ਜਿਹੜੀ ਗੱਲ ਹੈ ਉਸਦੇ ਵਿਰੁੱਧ ਜਾ ਰਿਹਾ।
ਸਵਾਲ ਭੇਖ ਦਾ ਨਹੀਂ ਹੈ। ਦਸਮ ਗ੍ਰੰਥ ਬਾਣੀ ਵਿੱਚ ਭੇਖ ਦੀ ਖੁੱਲ੍ਹੀ ਨਿੰਦਾ ਕੀਤੀ ਗਈ ਹੈ ਅਤੇ ਮਰਮ ਪਿੱਛੇ ਸਾਰੀ ਗੱਲ ਹੋ ਰਹੀ ਹੈ ਕਿ ਅਗਰ ਮਰਮ ਜਾਣਦੇ ਹੋ ਠੀਕ ਹੈ, ਨਹੀਂ ਤਾਂ ਕੋਈ ਤੰਤਰ ਕਰ ਲਓ, ਕੋਈ ਮੰਤਰ ਕਰ ਲਓ, ਸਭ ਬੇਕਾਰ ਹੈ। ਸਾਧ ਸੰਗਤ ਜੀ, ਆਖਰ ਮੇਰੇ ਕੰਮ ਆਈ ਦਸਮ ਬਾਣੀ, ਸਿੱਧੇ ਇੱਕਦਮ ਸਮਝ ਆ ਗਈ ਕਿ ਸਾਰਾ ਸੰਸਾਰ ਦੋ ਗੱਲਾਂ 'ਚ ਫਸਿਆ, ਇੱਕ ਮੈਂ ਇੱਕ ਤੂੰ, ਬਸ ਦੋ ਹੀ ਧਿਰਾਂ ਨੇ। ਅਤੇ ਜਿਹੜੀ ਸਭਤਾ ਹੈ ਇਹ ਮੈਂ ਪਿੱਛੇ ਹੈ, ਅਤੇ ਸਭਤਾ ਹਮੇਸ਼ਾ ਤੂੰ ਵਾਲੇ ਨੂੰ ਫਾਂਸੀ ਚਾੜਦੀ ਹੈ, ਯਾਦ ਰੱਖੋ। ਜਿਸਨੇ ਤੂੰ ਦੀ ਗੱਲ ਕੀਤੀ ਸਭਤਾ ਨੇ ਉਹਨੂੰ ਜੀਣ ਨਹੀਂ ਦੇਣਾ, ਨਾ ਧੰਨ ਸੱਚੇ ਪਾਤਸ਼ਾਹ ਨਾਨਕ ਸਾਹਿਬ ਨੂੰ ਜੀਣ ਦਿੱਤਾ। ਹੁਣ ਸਾਡੀ ਆਦਤ ਹੈ ਮਾਪਿਆਂ ਦੀ ਵਡਾਈ ਕਰਨ ਦੀ, ਕਰੀ ਜਾਓ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਸਤਿਗੁਰ ਸੱਚੇ ਪਾਤਸ਼ਾਹ ਨੂੰ ਮਾਪਿਆਂ ਨੇ ਵੀ ਜੀਣ ਨਹੀਂ ਦਿੱਤਾ। ਇਸ਼ਾਰੇ ਮਿਲਦੇ ਨੇ, ਪਰ ਸਾਨੂੰ ਆਦਤ ਪਈ ਹੋਈ ਹੈ ਕਿ ਮਾਂ ਬਾਪ ਨੂੰ ਪਹਿਲਾਂ ਜਠੇਰੇ ਦੇਵਤੇ ਸਾਬਤ ਕਰੋ, ਉਹਨਾਂ ਦੀ ਪੂਜਾ ਕਰੋ, ਕਿਉਂਕਿ ਸਾਡੇ ਹਿੰਦੂ ਸੱਭਿਆਚਾਰ 'ਚ ਹੈ ਹੀ ਇਹੀ ਕੁਛ। ਉੱਥੇ ਕਿਹਾ ਗਿਆ ਮਾਤਾ ਪਿਤਾ ਜਿਹੜਾ ਹੈ ਗੁਰੂ ਹੈ, ਦੇਵਤੁੱਲ, ਉੱਠਦੇ ਨਮਸਕਾਰ ਕਰੋ, ਪੈਰੀ ਹੱਥ ਲਾਓ। ਮੈਂ ਮਾਤਾ ਪਿਤਾ ਦੀ ਅਵੱਗਿਆ ਨਹੀਂ ਕਰਾਉਣੀ ਚਾਹੁੰਦਾ, ਪਰ ਮੈਂ ਕਹਿੰਦਾ ਹੈ ਕਿ ਮਾਤਾ ਪਿਤਾ ਦੀ ਟਹਿਲ ਕਰਨਾ ਸਾਡਾ ਫਰਜ਼ ਹੈ, ਜਿਵੇਂ ਮਾਤਾ ਪਿਤਾ ਨੇ ਬਚਪਨ ਸਾਡੀ ਟਹਿਲ ਕੀਤੀ। ਜਿਸਮ ਟਹਿਲ ਦੀ ਮੰਗ ਕਰਦਾ ਹੈ, ਜਿਸਮ ਟਹਿਲ ਦੀ ਮੰਗ ਕਰਦਾ, ਮਨ ਹੈ ਜਿਹੜਾ, ਇਸ ਨੂੰ ਗ੍ਰੰਥ ਦੀ ਆਗਿਆ ਅਧੀਨ ਲਿਆਓ। ਹੁਣ ਅਸੀਂ ਇੱਕ ਹੋਰ ਅਵੱਗਿਆ ਕਰਦੇ ਹਾਂ। ਦੇਖੋ ਦਸਮ ਗ੍ਰੰਥ ਵਿੱਚ ਬਹੁਤ ਬਾਣੀ ਐਸੀ ਹੈ ਜਿੱਥੇ ਬੜਾ ਸਪਸ਼ਟ ਲਿਖਿਆ ਦੇਹਧਾਰੀ ਗੁਰੂ ਦੇ ਖਿਲਾਫ, ਲੇਕਿਨ ਉਹ ਕਿੱਦਾਂ ਹੈ, ਦੇਹਧਾਰੀ ਗੁਰੂ ਨੂੰ ਗਾਲਾਂ ਨਹੀਂ ਕੱਢੀਆਂ। ਇੱਥੇ ਵੀ ਸਾਡੇ ਸੱਜਣ ਕਈ ਮਾੜੇ ਕਬੋਲ ਬੋਲ ਜਾਂਦੇ ਆ, ਮਾੜੇ ਕਬੋਲ ਨਾ ਬੋਲੋ, ਆਪਾਂ ਆਪਣੀ ਬਾਣੀ 'ਚੋਂ ਦਲੀਲ ਦਈਏ, ਮਾੜੇ ਕਬੋਲ ਬੋਲਣਾ ਕੋਈ ਫਾਇਦਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਰੰਭ ਕਿੱਥੋਂ ਹੁੰਦਾ ਆਪਾਂ ਸਾਰੇ ਜਾਣਦੇ ਹਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ। ਅੱਗੇ ਕੀ ਹੈ ਸ਼ਬਦ, ਗੁਰ ਪ੍ਰਸਾਦ। ਇਹ ਗੁਰ ਹੈ, ਇਹ ਜੁਗਤ ਹੈ, ਇਹ ਕਿੱਥੋਂ ਮਿਲਦੀ ਹੈ, ਗੁਰੂ ਗ੍ਰੰਥ ਸਾਹਿਬ 'ਚੋਂ ਮਿਲਦੀ ਹੈ। ਗੁਰੂ ਕੋਲ ਜਾਈਏ, ਬਾਣੀ ਗੁਰੂ ਕੋਲ ਜਾਈਏ ਤਾਂ ਬਾਣੀ ਗੁਰੂ ਸਾਨੂੰ ਗੁਰ ਦੇਗਾ, ਜੁਗਤ ਦੇਗਾ। ਇੱਥੋਂ ਹੀ ਗੱਲ ਸਾਰੀ ਆਰੰਭ ਹੁੰਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਨੇ ਸਾਨੂੰ ਬਾਣੀ ਦਿੱਤੀ ਤਾਂ ਅਸੀਂ ਗਲਤ ਕਹਿ ਰਹੇ ਹਾਂ ਨਾ। ਮਹਾਰਾਜ ਨੇ, ਦਸਾਂ ਪਾਤਸ਼ਾਹੀਆਂ ਨੇ, ਜਿਨ੍ਹਾਂ ਦੀ ਵੀ ਬਾਣੀ ਛੇ ਗੁਰੂਆਂ ਦੀ ਆਦਿ ਗੁਰੂ ਗ੍ਰੰਥ ਸਾਹਿਬ 'ਚ ਹੈ, ਉਹਨਾਂ ਨੇ ਕਿਸੇ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ, ਨਾ ਉਹਨਾਂ ਨੇ ਕਲੇਮ ਕੀਤਾ ਕਿ ਅਸੀਂ ਗੁਰੂ ਹਾਂ। ਤਾਂ ਕੀ ਅਸੀਂ ਹੁਣ ਸਤਿਗੁਰਾਂ ਦੀ ਉਲੰਘਣਾ ਕਰੀਏ? ਉਹ ਸੱਚੇ ਗੁਰ ਨੇ, ਉਹ ਸੱਚੀ ਜੁਗਤ ਹੈ, ਸੱਚੀ ਜੁਗਤ ਦਾ ਰੂਪ ਹੈ, ਜਿਸ ਨੂੰ ਅਸੀਂ ਆਪਣੇ ਮਨ 'ਚ ਉਤਾਰਨਾ ਹੈ ਅਤੇ ਉਹਨਾਂ ਦੇ ਅਮਲਾਂ ਨੂੰ ਕਮਾਉਣਾ। ਹੁਣ ਜਦੋਂ ਸਤਿਗੁਰਾਂ ਦੇ ਅਮਲਾਂ 'ਤੇ ਜਾਂਦੇ ਹਾਂ, ਸਾਜ ਤਾਂ ਹਰ ਹਰ ਕਰਦੇ ਭੱਜ ਜਾਂਦੇ ਹਾਂ, ਸੌਖਾ ਪਿਆ। ਉਹ ਤਾਂ ਜਿੰਦਾ ਸ਼ਹੀਦ ਸੀਗੇ, ਉਹਨੇ ਸਾਰੀ ਜ਼ਿੰਦਗੀ ਕੁਰਬਾਨੀ 'ਚ ਗੁਜ਼ਾਰੀ ਹੈ। ਅਸੀਂ ਇੱਕ ਖਿਣ ਵੀ ਮਾਇਆ ਤੋਂ ਪਾਸੇ ਨਹੀਂ ਹੋ ਸਕਦੇ। ਇਸ ਕਰਕੇ ਅਸੀਂ ਉਹਨਾਂ ਨੂੰ ਦੇਹਧਾਰੀ ਗੁਰੂ ਬਣਾਉਂਦੇ ਹਾਂ, ਪਹਿਲਾਂ ਦੇਹਧਾਰੀ ਗੁਰੂ ਬਣਾ ਕੇ ਫਿਰ ਅਸੀਂ ਕਿਸੇ ਸੰਸਥਾ ਨੂੰ ਖੋਲ੍ਹ ਲੈਂਦੇ ਹਾਂ, ਕਿਸੇ ਮੱਠ ਨੂੰ ਖੋਲ੍ਹ ਲੈਂਦੇ ਹਾਂ, ਕਿਸੇ ਮੰਦਰ ਨੂੰ ਖੋਲ੍ਹ ਲੈਂਦੇ ਹਾਂ, ਕਿਤੇ ਕੋਈ ਟਿਕਾਣਾ ਬਣਾ ਲਿਆ, ਕਿਤੇ ਕੋਈ ਠਾਠ ਬਣਾ ਲਿਆ, ਕਿਤੇ ਕੋਈ ਆਹ ਕਰ ਲਿਆ, ਕਿਤੇ ਉਹ ਕਰ ਲਿਆ, ਔੜ ਪੌੜ ਕਰਦੇ ਕਰਾਉਂਦੇ ਅਸੀਂ ਸੰਸਥਾਵਾਂ ਦੇ ਸਵਾਮੀ ਬਣ ਬੈਠਦੇ ਹਾਂ। ਅਤੇ ਘੁੱਗੂ ਮੱਟ ਵਾਸੀ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਘੁੱਗੂ ਮੱਟ ਵਾਸੀ ਬਣ ਜਾਂਦੇ ਆ, ਬਹੁਤੀ ਗੱਲ ਆ, ਛੱਕ ਛਕਾ ਲਵਾਂਗੇ ਅਤੇ ਆਪਣਾ ਅੱਖਾਂ ਮਟਕਾਈ ਜਾਵਾਂਗੇ ਬੈਠੇ। ਇਹ ਕੋਈ ਜ਼ਿੰਦਗੀ ਆ? ਧਿਆਨ ਕਰੋ ਮਹਾਰਾਜ ਕੀ ਕਹਿੰਦੇ ਨੇ, ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ। ਹੁਣ ਇਹ ਕਿਵੇਂ ਹੋਇਆ ਜੀ ਕਿ ਸਭ ਹੀ ਕੋ ਗੁਰਦੇਵ ਏਕ? ਅਗਰ ਤੁਸੀਂ ਇਹਨੂੰ ਦੇਹਧਾਰੀ ਗੁਰੂ ਕਹਿੰਦੇ ਹੋ ਤਾਂ ਸਾਡੇ ਦਸ ਪਾਤਸ਼ਾਹ ਇਹਨੂੰ ਸਾਰਾ ਸੰਸਾਰ ਤੱਕ ਗੁਰੂ ਨਹੀਂ ਮੰਨਦਾ। ਇੱਥੇ ਦੇਹਧਾਰੀ ਗੁਰੂ ਦੀ ਨਿਖੇਧੀ ਹੈ। ਇੱਥੇ ਸਾਫ਼ ਲਿਖਿਆ ਹੋਇਆ ਹੈ ਕਿ ਸਾਰੀ ਸ੍ਰਿਸ਼ਟੀ ਦਾ ਗੁਰ ਜਿਹੜਾ ਦਾਤਾ ਹੈ, ਦਿੰਦਾ ਹੈ, ਇੱਕ ਹੈ। ਆਓ ਫਿਰ ਧਿਆਨ ਕਰਦੇ ਹਾਂ, ਮੂਲ ਮੰਤਰ ਵੱਲ ਆਉਂਦੇ ਹਾਂ। ਏਕ ਓਂਕਾਰ ਤੋਂ ਲੈ ਕੇ ਸਹਿ ਭੰਗ ਤਿੱਕਰ ਇਹ ਕਿਰਪਾ ਹੈ ਬਾਣੀ ਗੁਰੂ ਦੀ ਕਿ ਸਾਨੂੰ ਦਰਸਾਇਆ ਕਿ ਇਹ ਗੁਰ ਹੈ, ਇਹ ਜੁਗਤ ਹੈ। ਇਹ ਬਾਣੀ ਗੁਰੂ ਕਹਿੰਦੀ ਹੈ ਕਿ ਇਹ ਜਿਹੜਾ ਗੁਰ ਹੈ ਏਕ ਓਂਕਾਰ ਤੋਂ ਲੈ ਕੇ ਸਹਿ ਭੰਗ ਤਿੱਕਰ, ਇਹ ਆਦਿ ਵਿੱਚ ਵੀ ਸੱਚ ਸੀ,
ਆਦ ਕਾਲ ਹੈ ਮਾਤ ਹਮਾਰਾ, ਸਰਬ ਕਾਲ ਹੈ ਪਿਤਾ ਅਪਾਰਾ। ਆਦ ਕਾਲ ਵਿੱਚ ਵੀ ਸਤ ਸੀ। ਸਾਡੀ ਮਾਤਾ ਕੌਣ ਹੈ? ਆਦ ਕਾਲ ਹੈ, ਜਦੋਂ ਸਮਾਂ ਆਰੰਭ ਹੁੰਦਾ ਹੈ ਉਹ ਸਾਡੀ ਮਾਤਾ ਹੈ, ਜਦੋਂ ਸਮਾਂ ਚੱਲ ਰਿਹਾ ਹੈ ਉਹ ਸਾਡਾ ਪਾਲਣਹਾਰ ਹੈ, ਤੇ ਜਦੋਂ ਮਹਾਕਾਲ ਸਿਰ ਤੇ ਡੰਡ ਮਾਰਦਾ ਹੈ ਉਹ ਸਾਡਾ ਅੰਤ ਹੈ। ਚਲੋ, ਇਹ ਨਿੱਜੀ ਗੱਲ ਹੋਈ, ਲੇਕਿਨ ਅਗਰ ਅਸੀਂ ਸਮੇਂ ਦੇ ਪੱਧਰ ਤੇ ਦੇਖੀਏ ਤਾਂ ਆਦ ਕਾਲ ਤੋਂ ਇਹ ਗੁਰ ਇੱਕ ਓਂਕਾਰ ਤੋਂ ਲੈ ਕੇ ਸਹਿ ਭੰਗ ਤਿਕਰ ਆਦ ਕਾਲ ਤੋਂ ਸੱਚ ਚੱਲਿਆ ਆ ਰਿਹਾ। ਜੇ ਨਾ ਹੁੰਦਾ ਤਾਂ ਵੇਦਵਾਣੀ ਨੂੰ ਆਕਾਸ਼ਵਾਣੀ ਕਿਉਂ ਕਹਿੰਦੇ? ਇਹਦਾ ਮਤਲਬ ਮੰਨਦੇ ਆ ਕਿ ਬਾਣੀ ਜਿਹੜੀ ਹੈ ਇਹ ਆਦ ਅਨਾਦੀ ਹੈ, ਮੰਨਦੇ ਆ ਖੁਦ, ਲੇਕਿਨ ਉਹਨਾਂ ਨੂੰ ਪਤਾ ਨਹੀਂ। ਵੇਦਾਂ ਮੈਂ ਨਾਮ ਉੱਤਮ ਸੁਣੈ ਨਹੀਂ ਫਿਰ ਹੈ ਜੋ ਬੇਤਾ ਲਿਆ। ਵੇਦਾਂ ਵਿੱਚ ਨਾਮ ਉੱਤਮ ਹੈ, ਲੇਕਿਨ ਵੇਦਾਚਾਰਿਆਂ ਨੂੰ ਵੇਦਾਂ ਨੂੰ ਨਹੀਂ ਪਤਾ। ਉਹ ਨਾਮ ਨੂੰ ਸਿਰਫ ਵਿਸ਼ਨੂੰ ਦਾ ਨਾਮ ਮੰਨਦੇ ਨੇ। ਉਹ ਕਹਿੰਦੇ ਨੇ ਕ੍ਰਿਸ਼ਨ ਪਰਮਾਤਮਾ ਹੈ, ਅਸੀਂ ਆਤਮਾ ਹੈ। ਰਾਮ ਪਰਮਾਤਮਾ, ਰਾਮ ਚੰਦਰ, ਅਸੀਂ ਆਤਮਾ ਹੈ। ਇਸੇ ਕਰਕੇ ਉਹ ਸ਼ਬਦ ਉਹਨਾਂ ਨੂੰ ਪਰਮਾਤਮਾ ਵਰਤਦੇ ਆ, ਅਸੀਂ ਵੀ ਪਰਮਾਤਮਾ ਵਰਤੀ ਜਾਂਦੇ ਹਾਂ। ਮੈਂ ਤਾਂ ਕਹਿੰਦਾ ਸ਼ਬਦ ਪਰਮੇਸ਼ਰ ਹੁੰਦਾ ਹੈ। ਪਰਮਾਤਮਾ ਦਵੰਦ ਆਤਮਕ ਸ਼ਬਦ ਹੈ ਕਿ ਇੱਕ ਆਤਮਾ ਹੁੰਦੀ ਹੈ, ਇੱਕ ਪਰਮਾਤਮਾ ਹੁੰਦਾ ਹੈ। ਇਹ ਦਵੰਦ ਹੈ, ਦੁਆਇਤ ਹੈ, ਇਸ ਦੁਆਇਤ ਨੂੰ ਦੂਰ ਕਰਨਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਹਮੇਸ਼ਾ ਸ਼ਬਦ ਹੈ ਜਿਹੜਾ ਪਰਮੇਸ਼ਰ ਵਰਤੋਂ ਵੀ ਡਰ ਕੇ, ਕਿਉਂਕਿ ਪਰਮੇਸ਼ਰ ਦੇ ਸੀਸ ਨੂੰ ਹੱਥ ਨਾ ਪਾਓ, ਪਰਮੇਸ਼ਰ ਦੇ ਚਰਨ ਕਮਲਾਂ ਵੱਲ ਧਿਆਨ ਰੱਖੋ। ਪਰਮੇਸ਼ਰ ਦੇ ਚਰਨ ਕਮਲ ਨੇ ਪਰਮੇਸ਼ਰ ਨਾਲ ਪਿਆਰ ਅਤੇ ਉਹਦਾ ਗਿਆਨ। ਈਸ਼ਵਰਵਾਦੀ ਹਮੇਸ਼ਾ ਤੰਗ ਹੁੰਦੇ ਨੇ। ਅੱਜ ਜਿਹੜੇ ਦਸਮ ਬਾਣੀ ਦੇ ਉੱਤੇ ਜਿਤਨਾ ਵੀ ਰੌਲਾ ਪੈ ਰਿਹਾ ਉਹ ਪਤਾ ਕੌਣ ਨੇ? ਬਿਲਕੁਲ ਠੀਕ ਕਿਹਾ ਸਵਾਮੀ ਜੀ ਵੀ ਕਹਿ ਕੇ ਗਏ ਨੇ, ਆਪਣੇ ਡਾਕਟਰ ਜੋਤ ਸਿੰਘ ਸਾਰੇ ਕਹਿ ਕੇ ਗਏ ਨੇ, ਜਿਨ੍ਹਾਂ ਨੂੰ ਸਾਹਿਤ ਦਾ ਊੜਾ ਆੜਾ ਨਹੀਂ ਪਤਾ, ਸਿਰਫ ਦਸਵੀਂ ਕਰ ਲਈ, ਬੀਏ ਕਰ ਲਈ, ਇਮਤਿਹਾਨ ਪਾਸ ਕਰ ਲਿਆ, ਰੁੜ ਖਿੜ ਕੇ ਇੱਧਰ ਉੱਧਰ ਗੱਲ ਨਾ ਬਣੀ ਤਾਂ ਆਪਣਾ ਮਿਸ਼ਨਰੀ ਬਣ ਗਏ। ਮਿਸ਼ਨਰੀ ਸ਼ਬਦ ਅੰਗਰੇਜ਼ੀ ਦਾ, ਮਿਸ਼ਨਰੀ ਅਰਥ ਹੀ ਬੜਾ ਅਜੀਬ ਹੈ। ਮਿਸ਼ਨਰੀ ਸ਼ਬਦ ਸਾਡੇ ਨਾਲ ਮੇਲ ਨਹੀਂ ਖਾਂਦਾ। ਉਹਨਾਂ ਨੇ ਆਪਣੀ ਕਹਾਣੀ ਬਣਾ ਲਈ। ਅਖਬਾਰਾਂ ਵਿਰੁੱਧ ਨਾ ਬੋਲੋ, ਅਖਬਾਰਾਂ ਨੇ ਆਪਣੀ ਮਾਰਕੀਟ ਦੇਖਣੀ ਆ। ਉਹਨਾਂ ਦਾ 60-70 ਹਜ਼ਾਰ ਅਖਬਾਰ ਮਿਸ਼ਨਰੀ ਖਰੀਦ ਲੈਂਦੇ, ਉਹਨਾਂ ਦਾ ਕੰਮ ਬਣਿਆ ਹੋਇਆ, ਉਹ ਤੁਹਾਡੀ ਗੱਲ ਕਿਉਂ ਸੁਣਨਗੇ ਜੀ? ਤੁਸੀਂ ਐਵੇਂ ਖਾਉ ਖਾ ਅਖਬਾਰ ਵਾਲਿਆਂ ਦੇ ਵਿਰੁੱਧ ਨਾ ਬੋਲਿਆ ਕਰੋ। ਅੱਗੇ ਹੀ ਸਾਡੀ ਬਹੁਤ ਬੁਰੀ ਹਾਲਤ ਹੋ ਚੁੱਕੀ ਹੈ। ਉਹਨਾਂ ਨੂੰ ਕਰਨ ਦੇ ਜੋ ਕਰਦੇ ਆ, ਉਹਨਾਂ ਦੀ ਇੱਕ ਮਾਰਕੀਟ ਆ, ਕਲੈਂਟੇਲ ਆ, ਉਹਨਾਂ ਚਲਾਉਣਾ, ਉਹਨਾਂ ਦਾ ਅਖਬਾਰ ਵਿਕੀ ਜਾਂਦਾ। ਤੋ ਮੈਂ ਜਿਹੜੀ ਅਰਜ਼ ਕਰ ਰਿਹਾ ਉਹ ਇਹ ਕਰ ਰਿਹਾ ਕਿ ਜਿਹੜੀ ਆਦ ਕਾਲ ਹੈ ਉਹ ਸਾਡੀ ਮਾਤਾ ਹੈ, ਉਹਦਾ ਆਰੰਭ ਹੈ। ਤੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ, ਇੱਕ ਹੀ ਸਰੂਪ ਸਭ ਹੈ, ਇੱਕ ਹੈ ਜੋਤ ਜਾਣਵੋ। ਹੁਣ ਸਭ ਦੇ ਵਿੱਚ ਇਹ ਏਕ ਓਂਕਾਰ ਤੋਂ ਲੈ ਕੇ ਸਹਿ ਭੰਗ ਤੀਕਰ ਸਾਰੇ ਸੰਸਾਰ ਦੀ ਸੱਚਾਈ ਹੈ, ਇਹੀ ਵਰਤ ਰਹੀ ਹੈ। ਅਗਰ ਇਸ ਦੇ ਰਾਹੀਂ ਅਸੀਂ ਸੰਸਾਰ ਨੂੰ ਦੇਖੀਏ ਤਾਂ ਸਾਨੂੰ ਬਾਣੀ ਦੀ ਜ਼ਿਆਦਾ ਸਮਝ ਆਏਗੀ, ਪਰ ਬਾਣੀ ਗੁਰੂ ਕੋਲ ਜਾਂਦੇ ਹਾਂ ਗੁਰ ਸਮਝਣ ਲਈ। ਹੁਣ ਜਿੱਥੇ ਵੀ ਦੇਖੋ ਤੁਸੀਂ ਸਤਿਗੁਰ ਸ਼ਬਦ ਆਉਂਦਾ ਹੈ ਤਾਂ ਸਤਿਗੁਰ ਸ਼ਬਦ ਦੇ ਦੋ ਅਰਥ ਹੋ ਜਾਂਦੇ ਆ। ਇੱਕ ਤਾਂ ਇਸ ਗੁਰ ਨੂੰ ਸੱਤ ਸੱਤ ਕਰਕੇ ਮੰਨੋ ਭਾਈ ਸਿੱਖੋ, ਇਸ ਗੁਰ ਨੂੰ ਸੱਤ ਸੱਤ ਕਰਕੇ ਮੰਨੋ। ਦੂਜਾ ਇਹ ਕਿ ਜਿਹਨੇ ਸਤਿਕਰ ਮੰਨਿਆ ਪਾਤਸ਼ਾਹ ਨਾਨਕ ਸਾਹਿਬ, ਉਹ ਸਤਿਗੁਰ ਨੇ, ਉਹ ਇਸ ਗੁਰ ਦੇ ਪ੍ਰਕਾਸ਼ ਰੂਪ ਵਿੱਚ ਸੰਸਾਰ 'ਚ ਆਉਂਦੇ ਨੇ ਅਤੇ ਆਪਣੇ ਅਮਲ ਨਿਭਾਉਂਦੇ ਨੇ, ਅਤੇ 10 ਜਾਮਿਆਂ 'ਚ ਉਹਨਾਂ ਨੇ ਅਮਲ ਨਿਭਾਇਆ, ਉਹ ਸਾਡੇ ਲਈ ਚਾਨਣ ਮੁਰਾਰਾ, ਅਸੀਂ ਉਸ ਅਮਲ 'ਤੇ ਚੱਲਣਾ। ਹੁਣ ਉਹਨਾਂ ਨੇ ਕਹਿ ਦਿੱਤਾ, ਜੇ ਆਪਣੇ ਗੁਰ ਤੇ ਮੁਖ ਫਿਰ ਹੈ, ਇਹਾਂ ਉਹਾਂ ਤਿੰਨ ਕੇ ਗ੍ਰਹਿ ਗਿਰ ਹੈ, ਗੁਰ ਪਗ ਤੇ ਜੇ ਵਿਮੁਖ ਸਿਧਾਰੇ, ਇਹਾਂ ਉਹਾਂ ਤਿੰਨ ਕੇ ਮੁਖ ਕਾਰੇ। ਜਿਹਨੇ ਗੁਰ ਦੀ ਡਗਰ ਛੱਡੀ, ਇਹ ਜੁਗਤ ਛੱਡਤੀ, ਉਹ ਦੇਹਧਾਰੀਆਂ ਦੇ ਪੈਰ 'ਚ ਗਿਰੂਗਾ। ਆ ਜਿਹੜਾ 13ਵਾਂ ਅਧਿਆਇ ਹੈ ਨਾ ਬਚਿੱਤਰ ਨਾਟਕ ਦਾ, ਉਹਦੇ 'ਚ ਬੜੀ ਸਾਰੀ ਕਹਾਣੀ ਹਾਸੀ ਆਉਂਦੀ ਹੈ, ਜਿਹਦੇ 'ਚ ਹੈ ਬਾਬੇ ਕੇ ਬਾਬਰ ਕੇ ਦਊ, ਆਪ ਕਰੇ ਪਰਮੇਸ਼ਰ ਸਹੂ, ਇਹ 13ਵੇਂ ਅਧਿਆਇ 'ਚ ਹੈ। ਹੁਣ 13ਵੇਂ ਅਧਿਆਇ 'ਚ ਬੜੀ ਸਪਸ਼ਟ ਗੱਲ ਕੀਤੀ ਹੋਈ ਆ ਕਿ ਜਿਨ੍ਹਾਂ ਨੇ ਗੁਰ ਦਾ ਪੱਲਾ ਨਹੀਂ ਫੜਿਆ, ਯਾਨੀ ਬਾਣੀ ਗੁਰੂ ਨੇ ਗੁਰ ਦਿੱਤਾ, ਉਹ ਗੁਰ ਦਾ ਪੱਲਾ ਛੱਡਤਾ, ਤਾਂ ਫਿਰ ਉਹਨੇ ਜਾਣਾ ਕਿੱਥੇ? ਦੇਹਧਾਰੀਆਂ ਦੇ ਗਿਰਨਾ, ਅਤੇ ਦੇਹਧਾਰੀਆਂ 'ਚ ਕੌਣ ਤਕੜਾ ਹੁੰਦਾ? ਦੇਹਧਾਰੀ ਤਕੜਾ ਹੁੰਦਾ ਔਰੰਗਜ਼ੇਬ, ਦੇਹਧਾਰੀ ਤਕੜਾ ਹੁੰਦਾ ਔਰੰਗਜ਼ੇਬ ਦੇ ਅਹਿਦੀਏ, ਔਰੰਗਜ਼ੇਬ ਦੇ ਮੁਕੱਦਮ, ਉਸ ਤੋਂ ਪਹਿਲਾਂ ਔਰੰਗਜ਼ੇਬ ਤੋਂ, ਜਹਾਂਗੀਰ ਦੇ ਵੇਲੇ ਚੰਦੂ ਸ਼ਾਹ, ਜਾਂ ਔਰੰਗਜ਼ੇਬ ਦੇ ਵੇਲੇ ਸੁੱਚਾ ਨੰਦ। ਅਤੇ ਅੱਜ ਵੀ ਅਸੀਂ ਸਰਕਾਰੀ ਅਹਿਦਿਆਂ ਦੇ ਪਿੱਛੇ ਜਾਂਦੇ ਹਾਂ ਨਾ, ਗੁਰ ਨੂੰ ਭੁੱਲ ਜਾਂਦੇ ਹਾਂ। ਗੁਰ ਨੂੰ ਭੁੱਲ ਕੇ ਇੱਕਦਮ ਦੇਖਦੇ ਹਾਂ ਕਿ ਇਹ ਬੰਦਾ ਕਿੱਥੋਂ ਆਇਆ, ਇਹ ਉੱਚੇ ਅਹੁਦੇ ਵਾਲਾ, ਲਾਗੇ ਚਰਨੀ, ਇਹ ਉੱਚੀ ਤਾਕਤ ਵਾਲਾ, ਉੱਚੇ ਪੈਸੇ ਵਾਲਾ, ਜੋ ਮਰਜ਼ੀ ਹੋਵੇ ਦੇਹ ਸਰੋਪਾ। ਹੋਰ ਨਹੀਂ ਤਾਂ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਹੀ ਭੇਟ ਕਰਨ ਲੱਗ ਪੈਂਦੇ ਆ, ਉੱਥੇ ਆ ਜਾਂਦੇ ਆ ਆਪਣੇ ਟੀਵੀ ਦੇ ਉੱਤੇ। ਉਹ ਸਤਿਗੁਰੂ ਨਾਨਕ ਦੀ ਕਦੇ ਤਸਵੀਰ ਹੋ ਸਕਦੀ ਹੈ? ਸਵਾਲ ਹੀ ਨਹੀਂ ਪੈਦਾ ਹੁੰਦਾ।
ਫੋਟੋ ਤਾਂ ਸਵਾਲ ਹੀ ਨਹੀਂ, ਫੋਟੋ ਤਾਂ ਤਾਂ ਹੋਵੇ ਜੇ ਕੈਮਰਾ ਹੋਵੇ। ਕਈ ਬੰਦੇ ਕਹਿੰਦੇ ਆ ਜੀ ਆਹ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਦਿੰਦੇ ਆ ਜੀ, ਯਾਰ ਥੋੜ੍ਹਾ ਜਿਹਾ ਤਾਂ ਧਿਆਨ ਕਰਿਆ ਕਰੋ। ਉਹ ਮਿੱਤਰੋ ਉਸ ਵੇਲੇ ਕੈਮਰਾ ਸੀਗਾ ਜਿਹੜੀ ਫੋਟੋ ਹੋ ਜੂਗੀ, ਉਹ ਤਾਂ ਪੇਂਟਿੰਗ ਹੈ, ਚਿੱਤਰਕਾਰੀ ਹੈ। ਬੰਦੇ ਨੇ ਜਿਹਾ ਜਿਹਾ ਉਹਦਾ ਆਪਣਾ ਮਨ ਹੈ ਜਿਹੀ ਜਿਹੀ ਪਹੁੰਚ ਉਹੋ ਜਿਹੀ ਉਹਨੇ ਬਣਾ ਛੱਡੀ, ਜਿਹਾ ਜਿਹਾ ਬੰਦੇ ਨੂੰ ਗੁੱਸਾ ਆਉਂਦਾ ਹੈ ਉਹੀ ਜਿਹੀ ਗੁੱਸੇ ਦੀ ਤਸਵੀਰ ਬਣਾਤੀ ਅਤੇ ਉੱਤੇ ਕਲਗੀ ਲਾਤੀ ਅਤੇ ਥੱਲੇ ਗੁਰੂ ਗੋਬਿੰਦ ਸਿੰਘ ਲਿਖਤਾ। ਉਹ ਤਾਂ ਆਪਣੇ ਕ੍ਰੋਧੀ ਸਰੂਪ ਨੂੰ ਚਿੱਤਰ ਕੇ ਉਹ ਤਸਵੀਰ ਬਣਾ ਕੇ ਉੱਥੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾਤੀ, ਅਤੇ ਜਦੋਂ ਸਤਿਗੁਰਾਂ ਨੇ ਆਪਣੇ ਆਪ ਨੂੰ ਗੁਰੂ ਵੀ ਨਹੀਂ ਕਿਹਾ ਕਦੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਾਡੇ ਵਿੱਚ ਵੀ ਕਮੀਆਂ ਨੇ, ਇਹ ਜਿਹੜੇ ਦਸਮ ਬਾਣੀ ਦਾ ਵਿਰੋਧ ਕਰਦੇ ਨੇ ਉਹਦੇ 'ਚ ਵੀ ਕਮੀਆਂ ਨੇ। ਇੱਥੇ ਗੱਲ ਮੈਂ ਬੰਦ ਕਰਕੇ ਹੁਣ ਦੋ ਨੁਕਤੇ ਹੋਰ ਚੁੱਕਦਾ ਛੋਟੇ ਛੋਟੇ। ਤ੍ਰਿਆ ਚਰਿੱਤਰ ਦੀ ਗੱਲ ਹੋਈ, ਬੜੇ ਸੋਹਣੇ ਵਿਚਾਰ ਆਏ। ਮੈਨੂੰ ਇਹ ਦੱਸੋ, ਪਿੱਛੇ ਖਾਲਿਸਤਾਨ ਦੀ ਲਹਿਰ ਚੱਲੀ ਸੀ, ਖਾੜਕੂ ਲਹਿਰ ਚੱਲੀ, ਬੜਾ ਰੌਲਾ ਪਿਆ। ਕਾਰਨ ਇਹ ਹੋ ਗਿਆ ਕਿ ਅਸੀਂ ਲੋਕ ਜਵਾਨ ਅਵਸਥਾ ਵਿੱਚ ਇਹ ਵਿਚਾਰ ਸਾਹਮਣੇ ਲਿਆ ਰਹੇ ਸੀ। ਇੱਕ ਨੌਜਵਾਨਾਂ ਦਾ ਐਸਾ ਗਰੁੱਪ ਇਕੱਠਾ ਹੋ ਗਿਆ ਜਿਹੜਾ ਕਿ ਵਿਚਾਰ ਸੁਣਨ ਲੱਗ ਪਿਆ, ਸਮਝਣ ਲੱਗ ਪਿਆ। ਇੱਥੇ ਸਰਕਾਰਾਂ ਨੂੰ ਮੁਸ਼ਕਲ ਹੋ ਜਾਂਦੀ ਆ, ਪੋਲੀਟੀਕਲ ਪਾਰਟੀਆਂ ਨੂੰ ਮੁਸ਼ਕਲ ਹੋ ਜਾਂਦੀ ਆ, ਸਾਡੀ ਅਕਾਲੀ ਪਾਰਟੀ ਨੂੰ ਵੀ ਮੁਸ਼ਕਲ ਹੋ ਜਾਂਦੀ ਆ। ਉਹ ਕਹਿੰਦੇ ਵੀ ਸਮਝ ਵਾਲੇ ਨਹੀਂ ਚਾਹੀਦੇ, ਦੁੰਬੇ ਚਾਹੀਦੇ, ਦੁੰਬੇ ਸਮਝ ਵਾਲੇ ਨਹੀਂ ਚਾਹੀਦੇ, ਮੁਸ਼ਕਲ ਖੜੀ ਹੋ ਗਈ। ਸੋ ਸਾਨੂੰ ਧੱਕੇ ਮਾਰ ਮਾਰ ਕੇ ਪਿੱਛੇ ਕਰਕੇ ਕੁਛ ਬੰਦੇ ਨੇ ਆਪਣੇ ਜੁੱਟ ਬਣਾ ਲਏ, ਜੁੱਟ ਬਣਾ ਕੇ ਸ਼ਸਤਰ ਪਕੜ ਲਏ। ਸਰਕਾਰਾਂ ਤਾਂ ਚਾਹੁੰਦੀਆਂ ਸ਼ਸਤਰ ਪਕੜੋ, ਸ਼ਸਤਰ ਸਪਲਾਈ ਵੀ ਕੀਤੇ ਉਹਨਾਂ ਨੇ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਅਸੀਂ ਗੁਰਮਤ ਦੀ ਕੋਈ ਲਹਿਰ ਵਿਚਾਰ ਦੀ ਚਲਾਈਏ ਵੀ ਤਾਂ ਇਸ ਤਰ੍ਹਾਂ ਉਹ ਰਾਜਨੀਤੀ ਦੀ ਭੇਂਟ ਚੜ੍ਹ ਜਾਂਦੀ ਹੈ, ਰਾਈਟ। ਤੋ ਇਸੇ ਤਰ੍ਹਾਂ ਮੈਂ ਚਰਿੱਤਰ ਪਖਿਆਨ 'ਤੇ ਆ ਰਿਹਾ ਸਿੱਧਾ, ਹੈ ਜੀ। ਇਸ ਤਰ੍ਹਾਂ ਇਹ ਗੱਲ ਵਿਗੜਦੀ ਵਿਗੜਦੀ ਵਿਗੜ ਜਾਂਦੀ ਹੈ। ਤੋ ਪ੍ਰਚਾਰ ਜਿਹੜਾ ਅਸੀਂ ਕਰਨਾ ਚਾਹੁੰਦੇ ਸੀਗੇ ਉਹ ਪ੍ਰਚਾਰ ਸਾਡਾ ਵਿੱਚ ਹੀ ਰਹਿ ਗਿਆ। ਪ੍ਰਚਾਰ ਇਸ ਗੱਲ ਦਾ ਹੈ ਕਿ ਗੁਰ ਤੋਂ ਬਿਨਾਂ ਨਾਮ ਪ੍ਰਾਪਤ ਨਹੀਂ ਹੁੰਦਾ, ਅਤੇ ਨਾਮ ਜਿਹੜਾ ਹੈ ਉਹ ਸਿਰਫ ਵਾਹਿਗੁਰੂ ਨਹੀਂ ਹੈ। ਵਾਹਿਗੁਰੂ ਤਾਂ ਵਿਸਮਾਦ ਵਿੱਚੋਂ ਸਾਡੇ ਵਿੱਚੋਂ ਨਿਕਲੀ ਹੋਈ ਵਾਹ ਹੈ। ਇਹ ਵਾਹਿਗੁਰੂ ਵਾਹਿਗੁਰੂ ਜਪਣਾ ਕੁਝ ਨਹੀਂ ਹੁੰਦਾ, ਇਹ ਤਾਂ ਪਰਮੇਸ਼ਰ ਨੂੰ ਹੱਥ ਪਾਉਣਾ, ਪਰਮੇਸ਼ਰ ਦੇ ਚਰਨਾਂ ਵਿੱਚ ਬੈਠਿਆ ਕਰੋ, ਉਹਦੇ ਗੁਣਾਂ ਦਾ ਗਾਣ ਕਰੋ ਭਾਈ, ਸਿੱਧਾ ਉੱਪਰ ਨੂੰ ਹੱਥ ਨਾ ਮਾਰਿਆ ਕਰੋ। ਅਸੀਂ ਤਾਂ ਦੇਖੋ ਅਸੀਂ ਕਿਸੇ ਧਰਮ ਸਥਾਨ ਦੇ ਮੁਖੀ ਨਹੀਂ ਹੈ, ਇਸ ਕਰਕੇ ਸਾਨੂੰ ਤਾਂ ਲੱਗਦਾ ਡਰ। ਧਰਮ ਸਥਾਨ ਦੇ ਮੁਖੀਆਂ ਨੂੰ ਨਹੀਂ ਡਰ ਲੱਗਦਾ, ਉਹ ਵੱਖਰੀ ਗੱਲ ਹੈ, ਜੋ ਮਰਜ਼ੀ ਕਹੀ ਜਾਣ। ਈਸ਼ਵਰ ਨੂੰ ਵਾਦ ਵਿੱਚ ਨਹੀਂ ਪਾਉਣਾ, ਈਸ਼ਵਰ ਵਾਦ ਤੋਂ ਉੱਪਰ, ਉਸਦੇ ਗੁਣਾਂ ਦਾ ਧਿਆਨ ਕਰੋ ਤਾਂ ਕਿ ਉਹ ਸਾਡੇ 'ਚ ਆਤਮ ਸਾਥ ਹੋਣ। ਤੋਂ ਨਾਮ ਜਿਹੜਾ ਹੈ, ਜਿਤਨੇ ਵੀ ਆਕਾਰ ਨੇ, ਜਿਤਨੀਆਂ ਦੇਹਾਂ ਨੇ, ਸਰੀਰ ਆ, ਸਾਰੇ ਨਾਮ ਨੇ। ਆਪ ਜੀ ਜਾਣਦੇ ਹੋ ਕਿ ਜਦੋਂ ਅਸੀਂ ਸੁਖਮਣੀ ਸਾਹਿਬ ਦੀਆਂ ਪੌੜੀਆਂ ਚੜ੍ਹਦੇ ਹੋਏ, ਆਪਣੇ ਮਨ ਅੰਦਰ ਪੌੜੀਆਂ ਨੇ ਸਾਡੀਆਂ, ਅਸੀਂ ਆਪਣਾ ਸਾਖਿਆਤ ਕਰਦੇ ਹਾਂ, ਆਪਣੇ ਆਪ ਨੂੰ ਸਮਝਦੇ ਹਾਂ, ਤਾਂ ਉਸਦੇ ਵੀ ਸਾਡਾ ਇੱਕ ਪੜਾਅ ਹੁੰਦਾ। ਉਹ ਪੜਾਅ ਕੀ ਹੈ ਕਿ ਜਿਤਨੇ ਵੀ ਸੰਸਾਰ 'ਚ ਆਕਾਰ ਨੇ ਸਾਰੇ ਨਾਮ ਨੇ, ਨਾਮ ਦੇ ਧਾਰੇ ਹੋਏ ਨੇ। ਇਸਦਾ ਮਤਲਬ ਇਹ ਹੈ ਕਿ ਬਾਕੀ ਸਾਰੀਆਂ ਜੁਨੀਆਂ ਨੂੰ ਛੱਡੋ, ਅਸੀਂ ਵੀ ਨਾਮ ਦੇ ਧਾਰੇ ਹੋਏ ਹਾਂ, ਯਾਨੀ ਅਸੀਂ ਸਾਰੇ ਨਾਮ ਧਾਰੇ ਹਾਂ। ਸਾਡਾ ਆਕਾਰ ਨਾਮ ਆਕਾਰ ਹੈ, ਇਸਤਰੀ ਵੀ ਨਾਮ ਆਕਾਰ ਹੈ। ਹੁਣ ਇੱਥੇ ਸਮੱਸਿਆ ਇਹ ਪੈਦਾ ਹੋ ਜਾਂਦੀ ਹੈ, ਇਸਤਰੀ ਨਾਮ ਆਕਾਰ ਹੈ, ਲੇਕਿਨ ਇਸਤਰੀ ਨੂੰ ਸਾਡੀ ਸਭਤਾ ਨੇ ਹਜ਼ਾਰਾਂ ਸਾਲਾਂ ਤੋਂ ਗੁਲਾਮ ਬਣਾ ਕੇ ਵਸਤੂ ਬਣਾ ਛੱਡਿਆ। ਲੇਕਿਨ ਆਦਿ ਸ਼ਕਤੀ ਜਿਹੜੀ ਹੈ, ਆਦਿਕਾਲ ਹੈ ਮਾਤਮਾਰਾ, ਉਹਦਾ ਅਕਸ ਸਾਡੇ ਵਿੱਚ ਵੀ ਹੈ ਅਤੇ ਇਸਤਰੀ ਵਿੱਚ ਵੀ ਹੈ। ਹੁਣ ਜਦੋਂ ਅਸੀਂ ਸ਼ਕਤੀ ਨਾਲ ਖੇਡਾਂਗੇ, ਕਾਲ ਪੁਰਖ ਨਾਲ ਖੇਡਾਂਗੇ, ਤਾਂ ਸਾਡੇ 'ਤੇ ਉਸਦਾ ਜਿਹੜਾ ਜਵਾਬੀ ਹਮਲਾ ਹੋਏਗਾ। ਫਰਜ਼ ਕਰੋ ਅਸੀਂ ਪਾਣੀ ਦੀ ਜਗ੍ਹਾ ਪੈਟਰੋਲ ਪੀਂਦੇ ਹਾਂ ਤਾਂ ਜਵਾਬੀ ਹਮਲਾ ਹੋਊਗਾ। ਅਸੀਂ ਕੋਈ ਵੀ ਪੁੱਠਾ ਕਰਮ ਕਰਦੇ ਹਾਂ, ਹਮਲਾ ਹੋਏਗਾ। ਸੋ ਕੁਦਰਤੀ ਗੱਲ ਹੈ ਕਿ ਜਦੋਂ ਅਸੀਂ ਇਸਤਰੀ ਨੂੰ ਗੁਲਾਮ ਬਣਾਈ ਰੱਖਿਆ, ਇਸਤਰੀ ਜੀਵ ਨੇ, ਆਦਿ ਸ਼ਕਤੀ ਆ ਉਹ ਵੀ, ਉਸਨੇ ਆਪਣਾ ਬਚਾਓ ਕਿੱਦਾਂ ਸੋਚਣਾ ਹੈ। ਸਾਰੇ ਤ੍ਰਿਆ ਚਰਿੱਤਰ ਵਿੱਚ ਇਸਤਰੀ ਦੀ ਸਰਵਾਈਵਲ ਦੀ ਕਥਾ ਹੈ। ਇਹ ਤ੍ਰਿਆ ਚਰਿੱਤਰ ਮਹਾਰਾਜ ਦੇ ਵੇਲੇ ਨਹੀਂ ਇਕੱਠੇ ਹੋਏ, ਭਾਈ ਨੰਦ ਸਿੰਘ ਜੀ ਕਹਿ ਗਏ ਬਿਲਕੁਲ ਠੀਕ ਹੈ, ਇਹ ਉਹ ਪ੍ਰਵਾਨਿਤ ਟ੍ਰਾਂਸਲੇਸ਼ਨਸ ਹੈ ਜਿਹੜੇ ਸੰਸਕ੍ਰਿਤ ਟੈਕਸਟ ਵਿੱਚੋਂ ਕਹਾਣੀਆਂ ਆਈਆਂ, ਅਲਿਫ ਲੈਲਾ ਵਿੱਚੋਂ ਆਈਆਂ ਹੋਈਆਂ, ਤੋਤਾ ਮੈਨਾ 'ਚੋਂ ਆਈਆਂ ਹੋਈਆਂ। ਮੈਂ ਬਚਪਨ 'ਚ ਬਹੁਤ ਪੜ੍ਹੀਆਂ ਅਤੇ ਮੈਂ ਹੈਰਾਨ ਹੋ ਗਿਆ ਕਿ ਦਸਮ ਗ੍ਰੰਥ ਵਿੱਚ ਹੈ। ਜਦੋਂ ਮੈਂ ਇਤਿਹਾਸ ਦਾ ਵਿਦਿਆਰਥੀ ਸੀ, ਮੈਂ ਸੋਚਣ 'ਤੇ ਮਜਬੂਰ ਹੋ ਗਿਆ ਕਿ ਕਿਉਂ ਹੈ ਦਸਮ ਗ੍ਰੰਥ 'ਚ। ਫਿਰ ਹੌਲੇ ਹੌਲੇ ਜਿਉਂ ਜਿਉਂ ਮੈਚਿਓਰਿਟੀ ਆਉਂਦੀ ਹੈ, ਜੇ ਤਾਂ ਮੈਂ ਉਹਨਾਂ ਦਿਨਾਂ 'ਚ ਲਿਖ ਕੇ ਬੈਠ ਜਾਂਦਾ ਲਿਖਾਰੀ ਬਣ ਜਾਂਦਾ, ਮੈਂ ਅੜ ਜਾਣਾ ਸੀ ਉੱਥੇ ਹੀ, ਪਰ ਮੈਂ ਲਿਖਾਰੀ ਨਹੀਂ ਬਣਿਆ। ਅੱਜ ਤੀਕਰ ਸਮਝਦਾ ਰਿਹਾ, ਸਿੱਖਦਾ ਰਿਹਾ, ਨਤੀਜੇ ਵਜੋਂ ਇਸ ਜਗ੍ਹਾ 'ਤੇ ਪਹੁੰਚਿਆ ਕਿ ਇਹ ਜਿਹੜੇ ਚਰਿੱਤਰ ਨੇ ਇਹ ਪੁਰਾਣੇ ਸਮਿਆਂ ਤੋਂ ਚੱਲੇ ਆ ਰਹੇ ਨੇ, ਅਤੇ ਗੁਰੂ ਮਹਾਰਾਜ ਵੇਲੇ ਵੀ ਚਰਿੱਤਰ ਬਥੇਰੇ ਲਿਖੇ ਗਏ, ਇਹ ਕਵੀਆਂ ਵੇਲੇ ਇਕੱਠੇ ਕੀਤੇ ਗਏ, ਪ੍ਰਵਾਨਿਤ ਹੈ। ਅਤੇ ਇਹਨਾਂ ਦੀ ਜਿਹੜੀ ਬੈਕਗਰਾਊਂਡ ਆ, ਪਿਛੋਕੜ ਹੈ, ਉਹ ਇਹ ਹੈ ਕਿ
ਹਿੰਦੁਸਤਾਨ 1200 ਸਾਲ ਗੁਲਾਮ ਰਿਹਾ ਭਾਈ ਗੁਰਦਾਸ ਦੂਜਾ, 12 ਸਦੀ ਨਵੇੜਕਰ ਸਾਬਤ ਮਰਦਾਨਾ ਭਾਈ ਗੁਰਦਾਸ ਦੂਜਾ, ਇਹ 12 ਸਦੀਆਂ ਗੁਲਾਮ ਕਿਵੇਂ ਰਿਹਾ? ਕਿਉਂਕਿ ਹਿੰਦੁਸਤਾਨ ਦੇ ਸਾਰੇ ਰਾਜਪੂਤ ਰਾਜੇ ਖੱਤਰੀ ਰਾਜੇ ਆਹੀ ਕਰਦੇ ਸੀ ਜੋ ਤ੍ਰਿਆ ਚਰਿੱਤਰਾਂ 'ਚ। ਅਤੇ ਕੱਲ੍ਹ ਨੂੰ ਖਾਲਸਾ ਜੀ ਰਾਜ ਭਾਗ ਅਗਰ ਆਉਂਦਾ ਤਾਂ ਰਾਜ ਭਾਗ ਦੀ ਜਗ੍ਹਾ ਸਰਕਾਰੇ ਖਾਲਸਾ ਦਾ ਪ੍ਰਬੰਧ ਆਉਣਾ, ਨਾ ਕਿ ਰਾਜ ਤੁਹਾਡੀ ਨਿੱਜੀ ਜਾਇਦਾਦ ਹੋਏਗੀ। ਅਗਰ ਰਾਜ ਨਿੱਜੀ ਜਾਇਦਾਦ ਹੋ ਗਿਆ ਤਾਂ ਅਸੀਂ ਡੰਗਰਾਂ ਨੂੰ ਆਪਣੇ ਅਧੀਨ ਕਰਾਂਗੇ, ਫਿਰ ਔਰਤਾਂ ਨੂੰ ਅਧੀਨ ਕਰਾਂਗੇ, ਫਿਰ ਸ਼ਸਤਰ ਨੂੰ ਅਧੀਨ ਕੀਤਾ ਹੀ ਹੋਇਆ, ਧਰਤੀ 'ਤੇ ਕਬਜ਼ਾ ਕੀਤਾ ਹੋਇਆ, ਕਬਜ਼ਾ ਫਿਰ ਅੱਗੇ 'ਤੇ ਅੱਗੇ 'ਤੇ ਅੱਗੇ 'ਤੇ ਅੱਗੇ ਅਖੀਰ 'ਤੇ ਔਰਤ 'ਤੇ ਆਉਂਦਾ, ਫਿਰ ਬੱਚੇ 'ਤੇ ਆਉਂਦਾ। ਇਹ ਕਹਾਣੀ ਹੈ ਇੱਕ ਕਬਜ਼ੇ ਦੀ। ਇਹਨੂੰ ਗੱਲ ਨੂੰ ਸਮਝੋ ਖਾਲਸਾ ਜੀ, ਇਹਨੂੰ ਬੜੇ ਧਿਆਨ ਨਾਲ ਸਮਝੋ। ਔਰਤ ਜਿਹੜੀ ਹੈ ਆਪਣੀ ਸਰਵਾਈਵਲ ਦੇ ਲਈ, ਸਿਕੰਦਰ ਮਹਾਨ ਜਿੱਤਦਾ ਆਉਂਦਾ ਸਾਰੀ ਦੁਨੀਆ ਨੂੰ, ਅਖੀਰ 'ਤੇ ਔਰਤ ਉਸਨੂੰ ਜਿੱਤ ਲੈਂਦੀ ਹੈ। ਕਿਉਂ? ਧਰਤੀ ਬੀਜ ਨੂੰ ਤਰਸਦੀ ਹੈ, ਗਰਭ ਅਰਗ ਨੂੰ ਤਰਸਦਾ, ਅਤੇ ਔਰਤ ਦਾ ਗਰਭ ਹੈ ਜਿਹੜਾ, ਉਸਦਾ ਅਰਗ ਜਿਹੜਾ ਕਿ ਬੀਜ ਹੈ, ਉਸਦੇ ਪਿੱਛੇ ਉਹ ਬੰਦੇ ਨੂੰ ਪਾਗਲ ਬਣਾਉਂਦੀ, ਆਪਣੇ ਅਧੀਨ ਕਰ ਲੈਂਦੀ ਹੈ। ਕੋਈ ਨਹੀਂ ਬਣਦਾ ਤਾਂ ਮੈਨੂੰ ਖੜਾ ਹੋ ਕੇ ਦੱਸੇ, ਜਾਂ ਤਾਂ ਹੀਜੜਾ ਹੈ, ਜੇ ਬੰਦਾ ਹੈ ਤਾਂ ਉਹਨੂੰ ਹਕੀਕਤ ਸਮਝ ਆਊਗੀ, ਜੇ ਸੰਤ ਹੈ ਤਾਂ ਉਹਨੂੰ ਪਤਾ ਲੱਗੂਗਾ ਕਿ ਮੈਂ ਇਸ ਤੋਂ ਮੁਕਤ ਕਿਉਂ ਰਿਹਾ। ਧਿਆਨ ਕਰੋ ਖਾਲਸਾ ਜੀ, ਇਹ ਗੱਲਾਂ ਤੋਂ ਮੂੰਹ ਮੋੜਨ ਦਾ ਕੋਈ ਫਾਇਦਾ ਨਹੀਂ। ਜੇ ਔਰਤ ਜਿਵੇਂ ਹੁਣ ਪੰਜਾਬ ਵਿੱਚ ਹੈ, ਪੰਜਾਬ ਦੇ ਲੋਕਾਂ ਤੁਸੀਂ ਸਿੱਖ ਕਹਿੰਦੇ ਹੋ, ਨਾ ਅਸਿੱਖ ਹੈ, ਅਸਿੱਖ ਹੈ, ਇਸ ਅਸਿੱਖ ਨੂੰ ਮਾਰਨ ਲਈ ਰੋਜ਼ ਬੇਨਤੀ ਕਰਿਆ ਕਰੋ। ਕਿਉਂ? ਉਹ ਤਾਂ ਰੋਜ਼ ਧੀਆਂ ਨੂੰ ਮਾਰਦਾ। ਹੁਣ ਲੋਕ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹੀ ਜ਼ਬਾਨ ਨਹੀਂ ਲਿਖ ਸਕਦੇ। ਕਿਉਂ ਨਹੀਂ ਲਿਖ ਸਕਦੇ? ਸੰਤ ਹੀ ਲਿਖ ਸਕਦਾ ਐਸੀ ਜ਼ਬਾਨ, ਹੋਰ ਕੋਈ ਨਹੀਂ ਲਿਖ ਸਕਦਾ। ਲੋ ਮੈਂ ਕਹਿ ਦਿੰਦਾ ਉਹਨਾਂ ਦੇ ਇੱਕ ਟੁੱਟਿਆ ਜਿਹਾ ਸਿੱਖਾਂ ਮੈਂ, ਉਹ ਭਾਈ ਜਿਹੜੇ ਤੁਸੀਂ ਬਹੁਤੇ ਮੁੰਡੇ ਪੈਦਾ ਕਰਨ ਵਾਲੇ ਹੋ, ਮੁੰਡੇ ਨਹੀਂ ਪੈਦਾ ਕਰਦੇ ਤੁਸੀਂ, ਲੌਂਡੇ ਪੈਦਾ ਕਰਦੇ ਹੋ। ਕਰਨਾ ਕੀ ਉਹਨਾਂ ਨੇ? ਜਾਂ ਇਸਤਰੀਆਂ ਹੈ ਨਹੀਂ, ਫਿਰ ਲੌਂਡਾ ਹੀ ਪੈਦਾ ਹੋਣਾ? ਕੀ ਇਹ ਗਿਆਨ ਦੀ ਗੱਲ ਨਹੀਂ? ਕੀ ਤੁਸੀਂ ਸਮਝਦੇ ਹੋ ਗਿਆਨ ਹੈ ਜਿਹੜਾ ਐਵੇਂ ਹੁੰਦਾ ਮਿੱਠਾ? ਜ਼ਿਆਦਾ ਮਿੱਠਾ ਕਰੂੰਗੇ, ਮਾਫ ਕਰਨਾ ਬ੍ਰਹਮਦੇਵ ਜੀ, ਮਾਫ ਕਰਨਾ, ਡਾਇਬਟੀਜ਼ ਹੋ ਜੂਗੀ। ਜ਼ਿਆਦਾ ਮਿੱਠੀਆਂ ਗੱਲਾਂ ਨਾ ਕਰਿਆ, ਕੌੜੀਆਂ ਵੀ ਕਰਿਆ ਕਰੋ। ਜ਼ਿਆਦਾ ਮਿੱਠੀਆਂ ਗੱਲਾਂ ਨਾਲ ਆ ਸ਼ੱਕਰ ਮਿੱਠਾ ਰੋਗ ਹੋ ਜਾਂਦਾ, ਕੌੜੀ ਗੱਲ ਵੀ ਕਰਿਆ ਕਰੋ। ਕਾਰਨ ਇਹ ਹੈ ਕਿ ਅਸੀਂ ਆਪਣੇ ਅੰਦਰ ਦੇ ਜਿਹੜੇ ਔਗਣ ਨੇ ਉਹ ਕਿਰਪਾਨ ਨਾਲ ਕੱਟਣੇ ਆ, ਜਿਹੜੀ ਸਾਡੀ ਆਨ ਕਾਇਮ ਕਰਦੀ ਹੈ। ਕਿਰਪਾਨ ਸਾਡੇ ਔਗਣਾਂ ਨੂੰ ਕੱਟਣ ਲਈ ਹੈ, ਤਲਵਾਰ ਨਹੀਂ ਹੈ। ਤਲਵਾਰ ਤਾਂ ਰਾਜਪੂਤਾਂ ਦੀ ਆ, ਦੂਜੇ ਨੂੰ ਅਧੀਨ ਕਰ ਲਓ ਨਾ, ਇਹ ਕਿਰਪਾਨ ਸਾਡੀ ਆਨ 'ਤੇ ਕਿਰਪਾ ਕਰਨ ਵਾਲੀ ਹੈ। ਤ੍ਰਿਆ ਚਰਿੱਤਰ ਦਾ ਜਿਹੜਾ ਇਤਿਹਾਸਕ ਪ੍ਰਸੰਗ ਮੈਂ ਆਪ ਜੀ ਨਾਲ ਬੇਨਤੀ ਕੀਤੀ ਹੈ, ਸਾਰਾ ਹਿੰਦੁਸਤਾਨ 12 ਸਦੀ ਗੁਲਾਮ ਸਿਰਫ ਔਰਤ ਦੇ ਉੱਤੇ ਉਹ ਜ਼ੁਲਮ ਕਰਕੇ ਹੋਇਆ, ਅਤੇ ਔਰਤ ਨੇ ਫਿਰ ਜੋ ਆਪਣੇ ਆਪ ਦੇ ਬਚਾਅ ਲਈ ਕੰਮ ਕੀਤੇ ਉਹ ਤ੍ਰਿਆ ਚਰਿੱਤਰ ਵਿੱਚ ਨੇ। ਉੱਥੇ ਕੌਣ ਨੇ? ਰਾਜੇ ਨੇ, ਠਾਕਰ ਨੇ, ਜਗੀਰਦਾਰ ਨੇ, ਮੰਤਰੀ ਨੇ, ਮਹਾਂਮੰਤਰੀ ਨੇ, ਉਹਨਾਂ ਦੇ ਬੱਚੇ ਨੇ, ਅੱਗੇ ਵੱਡੇ ਵੱਡੇ ਵਪਾਰੀ ਨੇ, ਉਹਨਾਂ ਦੇ ਬੱਚੇ ਨੇ, ਆਹ ਸਾਰੇ ਚਰਿੱਤਰ ਜਿਹੜੇ ਇਹਨਾਂ ਨਾਲ ਭਰੇ ਪਏ ਆ। ਇਹ ਉਸ ਵੇਲੇ ਦੀ ਰਾਜਸੀ ਜਮਾਤ ਹੈ, ਰੂਲਿੰਗ ਕਲਾਸ ਹੈ। ਇਹ ਰੂਲਿੰਗ ਕਲਾਸ ਪੁੱਠੇ ਕੰਮ ਕਰਦੀ ਰਹੀ ਹੈ, ਇਸੇ ਕਰਕੇ ਹੀ ਹਿੰਦੁਸਤਾਨ ਗੁਲਾਮ ਹੋ ਗਿਆ। ਉਹ ਬਾਹਰੋਂ ਯੁੱਧ ਕਰਦੇ ਆਏ, ਇਹਨਾਂ ਨੂੰ ਇੱਕੋ ਯੁੱਧ ਆਉਂਦਾ ਸੀ। ਉਹ ਕਿਹੜਾ ਯੁੱਧ ਸੀ? ਸੇਜਾ ਯੁੱਧ, ਛਲ ਯੁੱਧ, ਧੋਖਾ ਯੁੱਧ, ਹਾਰ ਗਏ। ਕੌਣ ਲੜੇ ਰਣਤੱਤੇ ਵੀ ਜਾ ਕੇ? ਉਹ ਪ੍ਰਿਥੀਰਾਜ ਚੌਹਾਨ, ਉਹਨੂੰ ਆਪਣੀ ਜਨਾਨੀ ਯਾਦ ਆਈ ਜਾਂਦੀ ਹੈ ਪਿੱਛੇ ਮੁਹੰਮਦ ਗੌਰੀ ਨਾਲ ਲੜਨਾ ਕੀ ਹੈ, ਜਨਾਨੀ ਯਾਦ ਆਈ ਜਾਂਦੀ ਹੈ। ਇਸੇ ਕਰਕੇ ਕਿਸੇ ਵੇਲੇ ਮੈਂ ਇਹ ਦੋ ਗੱਲਾਂ ਕਹੀਆਂ, ਕਿਉਂ ਪ੍ਰਿਥਵੀਪਤੀ ਕਹਾਇਆ, ਭਾਰਤ ਮਾਂ ਦੇ ਜਾਇਆ, ਮੈਨੂੰ ਕਹਿਣਾ ਪੈਂਦਾ। ਤੁਸੀਂ ਕਹਿੰਦੇ ਅਸੀਂ ਭਾਰਤ ਮਾਂ ਦੇ ਜਾਏ ਹਾਂ, ਤਾਂ ਫਿਰ ਪ੍ਰਿਥਵੀਪਤੀ ਕਿਹਨੂੰ ਕਹਿੰਦੇ ਆ? ਇੱਕ ਤਾਂ ਤੁਸੀਂ ਮਾਂ ਕਹਿੰਦੇ ਆ, ਦੂਜੇ ਪਾਸੇ ਅਸੀਂ ਪ੍ਰਿਥਵੀ ਦੇ ਤੁਸੀਂ ਪਤੀ ਬਣਦੇ ਆ। ਭਾਰਤ ਮਾਂ ਦੇ ਜਾਇਆ, ਕਿਉਂ ਪ੍ਰਿਥਵੀਪਤੀ ਕਹਾਇਆ? ਦਿਸ ਇਜ਼ ਅ ਕੰਟਰਾਡਿਕਸ਼ਨ। ਇੱਕ ਪਾਸੇ ਕਹਿੰਦੇ ਆ ਜੈ ਸ਼੍ਰੀ ਰਾਮ, ਦੂਸਰੇ ਪਾਸੇ ਕਹਿੰਦੇ ਆ ਆ ਜੀ ਵੰਦੇ ਮਾਤਰਮ ਕਹੋ। ਉਹ ਕਹੋ ਜੇ ਕਹਿੰਦੇ ਹੋ, ਪਰ ਜੈ ਸ਼੍ਰੀ ਰਾਮ ਜਿਹਦੇ ਸ਼ਬਦ ਚੋਂ ਰਾਮ ਚਰਿਤਰ ਮਾਨਸ ਚੋਂ ਲਿਖਿਆ, ਉਹਦੀ ਸਾਖਤ ਨੂੰ ਬੇਹੱਦ ਨਿੰਦਿਆ। ਆ ਜਿਹੜੇ ਰਾਮ ਚਰਿਤਰ ਮਾਨਸ ਦੀ ਆਪਣੀ ਕਰਦੇ ਆ ਸਟੱਡੀ, ਉਹਨਾਂ ਨੂੰ ਪਤਾ ਕਿ ਸਾਖਤ ਨੂੰ ਰਾਮ ਚਰਿਤਰ ਮਾਨਸ ਨਿੰਦਿਆ ਗਿਆ, ਅਤੇ ਜਿਹੜਾ ਇਹ ਕਹਿੰਦੇ ਆ ਵੰਦੇ ਮਾਤਰਮ, ਉਹ ਤਾਂ ਸਾਖਤ ਮਤ ਹੈ ਸਾਰਾ। ਕਿੱਥੇ ਜੈ ਸ਼੍ਰੀ ਰਾਮ, ਮਾਇਆ ਦਾ ਤਿਆਗੀ, ਸ਼ਕਤੀ ਜਿਹਦਾ ਪਾਣੀ ਭਰਦੀ ਹੈ, ਉਹਦੇ ਸਾਹਮਣੇ ਖੜੀ ਨਹੀਂ ਰਹਿ ਸਕਦੀ, ਫਨਾ ਹੋ ਜਾਂਦੀ ਹੈ, ਅਤੇ ਕਿੱਥੇ ਮਤਲਬ ਕਹੀ ਜਾਂਦਾ ਕਿ ਵੰਦੇ ਮਾਤਰਮ ਕਹੋ? ਇਹ ਕਿਵੇਂ ਦੋ ਗੱਲਾਂ ਕਿਵੇਂ ਗਰਮ ਸਰਦ ਹੋ ਜੂ ਸਾਰਾ? ਇਹ ਤਾਂ ਨਾ ਦੁੱਧ ਰਹਿਣਾ ਨਾ ਕਾਂਜੀ ਰਹਿਣੀ ਆ, ਇਹ ਤਾਂ ਦੋਏ ਹੋ ਗਏ, ਨਾ ਦੁੱਧ ਰਿਹਾ ਨਾ ਕਾਂਜੀ ਰਹੀ, ਸਾਰਾ ਕੰਮ ਖਰਾਬ ਹੋ ਗਿਆ। ਸੋ ਇਸ ਤਰ੍ਹਾਂ ਦੀਆਂ ਬੁਨਿਆਦੀ ਗੱਲਾਂ ਨੇ। ਹੋਰ ਕੁਝ ਗੱਲਾਂ ਜਿਹੜੀਆਂ ਸੀ, ਮੈਂ ਦਰਅਸਲ ਸੈਮੀਨਾਰ ਹੈ ਜਿਹੜਾ ਨਾ, ਉਹ ਪੋਲੀਟੀਕਲ ਸਪੀਚਿਸ ਨਾ ਹੋ ਕੇ ਅਕੈਡੈਮਿਕ ਹੋਣਾ ਚਾਹੀਦਾ ਪੂਰਾ।
ਤਾਂ ਕਿ ਜਿਹੜੇ ਵਿਸ਼ੇ ਨੇ ਉਸ 'ਤੇ ਜ਼ੋਰ ਪਾਇਆ ਜਾਏ। ਜਿਹੜੇ ਵਿਰੋਧੀ ਨੇ, ਜਦ ਤੱਕ ਵਿਸ਼ੇ 'ਤੇ ਜ਼ੋਰ ਨਹੀਂ ਪਾਵਾਂਗੇ ਵਿਰੋਧੀਆਂ ਨੂੰ ਜਵਾਬ ਨਹੀਂ ਮਿਲਣਾ। ਅਤੇ ਸੈਮੀਨਾਰਾਂ ਵਿੱਚ ਪੋਲੀਟੀਕਲੀ ਟਾਈਮ ਵੇਸਟ ਹੋਊਗਾ ਤਾਂ ਬੜਾ ਕੰਮ ਖਰਾਬ ਹੈ। ਅਖੀਰ 'ਚ ਮੈਂ ਨਿਹੰਗ ਸਿੰਘਾਂ ਦੇ ਜਿਹੜਾ ਸ਼ੁੱਧ ਸਰੂਪ ਹੈ ਉਹਨਾਂ ਦਾ ਇੱਕ ਖਾਸ ਤਰੀਕੇ ਨਾਲ ਜੈਕਾਰਾ ਸਾਂਝਾ ਕਰਨਾ ਚਾਹੁੰਦਾ। ਮੈਂ ਜਦੋਂ ਤੋਂ ਹਿੰਦੁਸਤਾਨ ਅੰਗਰੇਜ਼ਾਂ ਦੇ ਅਧੀਨ ਹੋਇਆ, ਪੰਜਾਬ ਅੰਗਰੇਜ਼ਾਂ ਅਧੀਨ ਹੋਇਆ, ਉਸ ਟਾਈਮ ਤੋਂ ਬਾਅਦ ਇਤਿਹਾਸ ਵਿੱਚ ਇੱਕੋ ਤਖ਼ਤ ਨੂੰ ਮੰਨਦਾ ਹੈ, ਉਹ ਹੈ ਚੱਕਰਵਰਤੀ ਤਖ਼ਤ। ਇਹਦਾ ਕਾਰਨ ਹੈ ਕਿ ਜਿਨ੍ਹਾਂ ਨੂੰ ਅਸੀਂ ਤਖ਼ਤ ਕਹਿੰਦੇ ਹਾਂ ਪੰਜ ਤਖ਼ਤ, ਉਹ ਐਸ ਜੀ ਪੀ ਸੀ ਐਕਟ ਇੱਕ ਸਟੈਚੂਟਰੀ ਬਾਡੀ, ਉਹਦੇ ਅਧੀਨ ਹੈ। ਨਹੀਂ ਮੈਂ ਨਹੀਂ ਕੱਢਦਾ, ਪਲੀਜ਼ ਇੱਕ ਮਿੰਟ, ਤੁਸੀਂ ਆਪਣੀ 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 ਨਿੱਜੀ ਨਾ ਲਓ, ਨਿੱਜੀ ਗੱਲ ਨਹੀਂ ਹੈ। ਦੇਖੋ ਤੁਸੀਂ ਸਾਡੇ ਸਤਿਕਾਰਯੋਗ ਹੋ, ਅਸੀਂ ਤੁਹਾਡੀ ਛੱਤਰ ਛਾਇਆ ਥੱਲੇ ਦੋ ਸ਼ਬਦ ਕਹਿ ਲੈਂਦੇ ਹਾਂ, ਹੋਰ ਕਿਤੇ ਕਹਿ ਵੀ ਨਹੀਂ ਸਕਦੇ। ਸਾਡਾ ਸਾਰਾ ਸ਼ਿਰਾਜਾ ਵਿਖੜ ਜਾਣਾ ਸੀ, ਲੇਕਿਨ ਐਸ ਜੀ ਪੀ ਸੀ ਐਕਟ ਥੱਲੇ ਸਮੇਂ ਦੇ ਲੀਡਰਾਂ ਨੇ ਗੱਲ ਸੰਭਾਲ ਲਈ ਕਿ ਸਾਰੀ ਗੱਲ ਕਾਨੂੰਨੀ ਨਾ ਹੋ ਜਾਏ, ਸਾਰੀ ਗੱਲ ਰਾਜਨੀਤੀ 'ਚ ਨਾ ਜਾਏ, ਇਸ ਕਰਕੇ ਤਖ਼ਤਾਂ 'ਤੇ ਸੇਵਾਦਾਰ ਬਿਠਾ ਦਿਓ ਤਾਂ ਕਿ ਪੰਥ ਦਾ ਜਿਹੜਾ ਸ਼ਿਰਾਜਾ ਬਿਖਰੇ ਨਾ, ਇਸ ਕਰਕੇ ਉਹ ਬਚਿਆ ਰਹੇ। ਹੁਣ ਜਦੋਂ ਤਖ਼ਤਾਂ ਦੇ ਵਿਰੁੱਧ ਗੱਲ ਆਉਂਦੀ ਹੈ ਤਾਂ ਮੇਰੀ ਇਤਿਹਾਸਿਕ ਬੁੱਧੀ ਇਹ ਕਹਿੰਦੀ ਹੈ ਤਾਂ ਫਿਰ ਤਾਂ ਸਾਡੇ ਕੋਲ ਕੁਝ ਵੀ ਨਾ ਰਿਹਾ। ਵੀ ਚੱਕਰਵਰਤੀ ਤਖ਼ਤ ਹੈ ਉਹ ਪੋਲੀਟੀਕਲੀ ਐਕਟਿਵ ਨਹੀਂ। ਦੇਖੋ ਨਾ ਖਾਲਸਾ ਜੀ, ਚੱਕਰਵਰਤੀ ਤਖ਼ਤ ਰਾਜਨੀਤਿਕ ਤੌਰ ਦੇ ਉੱਤੇ ਸੁਚੇਤ ਨਹੀਂ ਹੈਗਾ। ਤਾਂ ਐਸ ਜੀ ਪੀ ਸੀ ਦੇ ਪ੍ਰਬੰਧ ਥੱਲੇ ਜੋ ਤਖ਼ਤਾਂ ਦੀ ਪਰੰਪਰਾ ਚਲਾਈ ਉਹ ਕਮ ਸੇ ਕਮ ਬੱਝ ਕੇ ਤਾਂ ਰੱਖ ਰਹੀ ਹੈ। ਹੁਣ ਆਹ ਵੀ ਮਾੜਾ, ਉਹ ਵੀ ਮਾੜਾ, ਉਹ ਵੀ ਮਾੜਾ, ਉਹ ਵੀ ਮਾੜਾ ਗਾਲਾਂ ਕੱਢੀ ਜਾਓ ਤਾਂ ਫਿਰ ਆਪਾਂ ਰਹਿ ਕੀ ਗਏ, ਫਿਰ ਸਾਡਾ ਸੰਗਠਨ ਖਤਮ ਹੋ ਗਿਆ। ਸੋ ਬਾਬਾ ਜੀ ਮੈਂ ਜਿਹੜੀ ਗੱਲ ਕਹਿੰਦਾ ਉਹ ਗੱਲ ਕੋਈ ਨਿੱਜੀ ਗੱਲ ਕਹਿੰਦੇ ਨਹੀਂ, ਕਿਸੇ ਦਾ ਨਿੱਜੀ ਦਾ ਆਪਾਂ ਨਾਂ ਹੀ ਨਹੀਂ ਲੈਣਾ। ਅਸੀਂ ਤਾਂ ਇਤਿਹਾਸਕ ਜਿਹੜੇ ਵਹਾਓ ਚੱਲਦੇ ਉਹਦੀ ਗੱਲ ਕਰਨਾ, ਇਤਿਹਾਸਕ ਵਹਾਓ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਲੇਕਿਨ ਅਗਰ ਖਾਲਸੇ ਦੀ ਗੱਲ ਸੰਸਾਰ ਦੇ ਵਿੱਚ ਰਹਿ ਸਕਦੀ ਹੈ, ਖਾਲਸਾ ਜੀ ਚੱਕਰਵਰਤੀ ਤਖ਼ਤ ਨੂੰ ਰਾਜਸੀ ਤੌਰ 'ਤੇ ਸੁਚੇਤ ਕਰ ਲਓ। ਸਾਰੀ ਦੁਨੀਆ ਚਾਹੁੰਦੀ ਹੈ ਕਿ ਦੇਸ਼ਾਂ ਦੇ ਟਕਰਾਵਾਂ ਵਿੱਚ ਕੋਈ ਐਸਾ ਤਖ਼ਤ ਹੋਵੇ ਜਿਹੜਾ ਦੇਸ਼ਾਂ ਤੋਂ ਉੱਪਰ ਹੋਵੇ। ਧਿਆਨ ਕਰੋ, ਉਹ ਦਸਮ ਗ੍ਰੰਥ ਦੀ ਜਿਹੜੀ ਕਾਲ ਬੁੱਧੀ ਆ ਉਹਦੇ 'ਚੋਂ ਪੈਦਾ ਹੁੰਦਾ ਹੈ। ਅਤੇ ਇਹ ਸਾਰੇ ਜਿਹੜੇ ਹੈ ਨਾ ਛੋਟੇ ਛੋਟੇ ਮਿਸ਼ਨਰੀ ਇਹ ਵੋ, ਇਹ ਕਾਨੂੰਨ ਦੀ ਹੱਦ ਤੋਂ ਬਾਹਰ ਨਹੀਂ ਜਾ ਸਕਦੇ। ਕਾਨੂੰਨ ਤਾਂ ਮਾਇਆ ਸਾਰੀ, ਕਬਜ਼ੇ ਬਾਰੇ ਗੱਲ ਕਰਦਾ, ਕਾਨੂੰਨ ਦੂਜੀ ਗੱਲ ਤਾਂ ਕਰਦਾ ਨਹੀਂ। ਇਹ ਵੱਡੀ ਗੱਲ ਹੈ, ਇਸ ਕਰਕੇ ਆਗਿਆ ਮੰਗਦਾ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।